Bismillah ar-Rahman ar-Rahim. Assalamu alaikum. Wa alaikum assalam. All right, this is Asad Yaqub te aj mere naal ne Adin Asad Yaqub. Thank you. Choti jawakri apni. Okay. Te innu bada shauk si ke Punjabi che video banawa te mainu kehndi daddy. Eh toda idea si. Haan, mainu kehndi ke daddy main tode naal video banauni hai par ek shart te ki main Punjabi che video banawa. Aho. ਠੀਕ ਹੈ ਅਤੇ ਆਪਾਂ ਹੁਣ ਇਹਦੇ ਨਾਲ ਗੱਲਬਾਤ ਕਰਨੇ ਆ ਫਿਰ ਆਪਾਂ ਥੋੜ੍ਹਾ ਜਿਹਾ ਇਹਦਾ ਸਪੀਕਿੰਗ ਦਾ ਟੈਸਟ ਵੀ ਲੈਂਦੇ ਹਾਂ ਕਿ ਬੱਚੀ ਕਿੰਨੇ ਪਾਣੀ 'ਚ ਹੈ ਇਹ ਵੀ ਸਾਨੂੰ ਪਤਾ ਲੱਗ ਜਾਊਗਾ ਠੀਕ ਹੈ ਅੱਛਾ ਅਧੀਨ ਸਭ ਤੋਂ ਪਹਿਲੇ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਮੇਰੇ ਵਿਊਅਰਸ ਨੇ ਇਹਨਾਂ ਨੂੰ ਆਈਲਟਸ ਸਪੀਕਿੰਗ ਨੂੰ ਲੈ ਕੇ ਬੜੀ ਦਿੱਕਤ ਹੁੰਦੀ ਹੈ ਕਿੱਦਾਂ ਇਹ ਮੈਨੂੰ ਵੀ ਹੁੰਦੀ ਸੀ ਕਦੀ ਹਾਂ ਦੇਖ ਨਾ ਤੇਰਾ ਤੇ ਪਿਓ ਮੈਂ ਬੈਠਾ ਹੈ ਹੈ ਜਿੰਦਾ ਪਿਓ ਅਸਦ ਯਾਕੂਬ ਹੋਏ ਉਹਦੀ ਦਿੱਕਤ ਤਾਂ ਦੂਰ ਹੋ ਗਈ ਨਾ ਹੈ ਹੁਣ ਇਹ ਦੱਸੋ ਕਿ ਇਹ ਕਿਸ ਤਰ੍ਹਾਂ ਆਪਣੀ ਸਪੀਕਿੰਗ ਨੂੰ ਫਲੂਐਂਟ ਕਰ ਸਕਦੇ ਨੇ ਵੇਖੋ ਜੀ ਸਪੀਕਿੰਗ ਇੰਝ ਹੀ ਤੁਸੀਂ ਇੰਪਰੂਵ ਕਰ ਸਕਦੇ ਹੋ ਕਿ ਤੁਸੀਂ ਲਿਸਨਿੰਗ ਕਰੋ ਜ਼ਿਆਦਾ ਤੋਂ ਜ਼ਿਆਦਾ ਜਿੰਝ ਅਰਸ਼ਦ ਯਾਕੂਬ ਕਹਿੰਦੇ ਨੇ ਕਿ ਤੁਹਾਡੀ ਲਿਸਨਿੰਗ ਚੰਗੀ ਹੋਵੇਗੀ ਅਤੇ ਤੁਹਾਡੀ ਸਪੀਕਿੰਗ ਵੀ ਚੰਗੀ ਹੋਵੇਗੀ ਤੁਹਾਡੀ ਰਾਈਟਿੰਗ ਚੰਗੀ ਹੋਵੇਗੀ ਨਹੀਂ ਤੁਹਾਡੀ ਰੀਡਿੰਗ ਚੰਗੀ ਹੋਵੇਗੀ ਅਤੇ ਤੁਹਾਡੀ ਰਾਈਟਿੰਗ ਵੀ ਚੰਗੀ ਹੋਵੇਗੀ ਸੋ ਇੰਝ ਹੀ ਜੇ ਤੁਸੀਂ ਅੰਗਰੇਜ਼ੀ 'ਚ ਮੂਵੀਆਂ ਵੇਖੋ ਸਹੀ ਹੈ ਅਤੇ ਤੁਸੀਂ ਅੰਗਰੇਜ਼ੀ 'ਚ ਅਖਬਾਰਾਂ ਪੜ੍ਹੋ ਉਹ ਸੰਡੇ ਨੂੰ ਆਉਂਦੀ ਹੁੰਦੀ ਹੈ ਸਾਡੇ ਇੱਥੇ ਅਤੇ ਨਾਲੇ ਉਹ ਵੀ ਤੁਸੀਂ ਕਿਤਾਬਾਂ ਪੜ੍ਹੋ ਅੰਗਰੇਜ਼ੀ 'ਚ ਮੈਨੂੰ ਪਤਾ ਮੁਸ਼ਕਿਲ ਲੱਗਦਾ ਪਰ ਤੁਸੀਂ ਸ਼ੁਰੂ ਤਾਂ ਕਰੋ ਜਿਹੜੇ ਤੁਹਾਨੂੰ ਲਫ਼ਜ਼ ਦੀ ਸਮਝ ਨਹੀਂ ਆਉਂਦੀ ਉਹਨੂੰ ਤੁਸੀਂ ਡਿਕਸ਼ਨਰੀ 'ਤੇ ਵੇਖੋ ਕੀ ਨਹੀਂ ਮਿਲਦਾ ਅੱਜ ਕੱਲ੍ਹ ਤੁਸੀਂ ਇੰਝ ਕੋਸ਼ਿਸ਼ ਕਰੋ ਅਤੇ ਨਾਲੇ ਅੰਗਰੇਜ਼ੀ 'ਚ ਗਾਣੇ ਵੀ ਸੁਣੋ ਜ਼ਿਆਦਾ ਨਹੀਂ ਥੋੜ੍ਹੇ ਥੋੜ੍ਹੇ ਪਰ ਸੁਣੋ ਉਹ ਵੀ ਚੰਗੇ ਲੱਗਦੇ ਨੇ ਆਲਰਾਈਟ ਅਧੀਨ ਇਹ ਤੁਸੀਂ ਹੁਣੇ ਜਿਹੜਾ ਬੋਲਿਆ ਮੂਵੀਆਂ ਵੇਖੋ ਇਹ ਮੂਵੀਆਂ ਜਿਹੜਾ ਇਹ ਕਿਹੜੀ ਜ਼ਬਾਨ ਦਾ ਵਰਡ ਹੋ ਗਿਆ ਤੁਸੀਂ ਵੀਡੀਓ ਕੰਟੀਨਿਊ ਕਰਨ ਦੇ ਸੀ ਅੱਛਾ ਓਕੇ ਦੈਟਸ ਰਾਈਟ ਅੱਛਾ ਇਹ ਤੇ ਹੋ ਗਿਆ ਕਿ ਜੀ ਅਸੀਂ ਲਿਸਨਿੰਗ ਕਰੀਏ ਤੇ ਸਾਡੀ ਸਪੀਕਿੰਗ ਬਿਹਤਰ ਹੋ ਜਾਏਗੀ ਹੁਣ ਸਾਨੂੰ ਇਹ ਦੱਸੋ ਕਿ ਆਈਲਟਸ ਸਪੀਕਿੰਗ 'ਚ ਜਿਹੜਾ ਕੁਐਸਚਨ ਹੁੰਦਾ ਕਿਉਂਕਿ ਮੈਂ ਤੁਹਾਡਾ ਕਈ ਵਾਰੀ ਇੰਟਰਵਿਊ ਲਿਆ ਪਾਰਟ 1 'ਚ ਜਿਹੜੇ ਕੁਐਸਚਨਸ ਹੁੰਦੇ ਨੇ ਉਹਨੂੰ ਆਪਾਂ ਕਿੱਦਾਂ ਬਿਹਤਰ ਤਰੀਕੇ ਨਾਲ ਆਨਸਰ ਕਰ ਸਕਦੇ ਹਾਂ ਅਤੇ ਫਿਰ ਮੈਂ ਤੁਹਾਡੇ ਤੋਂ ਕੁਝ ਕੁਐਸਚਨ ਵੀ ਕਰਾਂਗਾ ਉਹਨਾਂ ਦਾ ਤੁਸੀਂ ਆਨਸਰ ਕਰਨਾ ਹੈ ਵੈਲ ਵੇਖੋ ਪਾਰਟ 1 'ਚ ਜ਼ਿਆਦਾ ਲੰਬੇ ਆਨਸਰ ਨਹੀਂ ਦੇਣੇ ਤੁਸੀਂ ਅਤੇ ਬਹੁਤੇ ਛੋਟੇ ਵੀ ਨਹੀਂ ਦੇਣੇ ਕੋਸ਼ਿਸ਼ ਕਰੋ ਟੂ ਦਾ ਪੁਆਇੰਟ ਰੱਖੋ ਪਰ ਉਹਨੂੰ ਥੋੜ੍ਹਾ ਇਲੈਬੋਰੇਟ ਵੀ ਕਰ ਲਓ ਜੈਸੇ ਕਹਿ ਲਓ 4-5 ਲਾਈਨਾਂ ਵਿੱਚ ਤੁਸੀਂ ਉਹਨੂੰ ਰੈਪ ਅਪ ਕਰ ਲਓ ਪੂਰੇ ਆਨਸਰ ਨੂੰ ਅਤੇ ਕੋਸ਼ਿਸ਼ ਕਰੋ ਤੁਸੀਂ ਟੋਪਿਕ ਤੋਂ ਹਟ ਕੇ ਨਾ ਜਾਓ ਫਿਰ ਉੱਥੇ ਤੁਹਾਡਾ ਬੈਂਚ ਸਕੋਰ ਚੱਲ ਜਾਂਦਾ ਓਕੇ ਹੁਣ ਅਧੀਨ ਮੈਂ ਤੁਹਾਡੇ ਕੋਲ ਗੱਲਾਂ ਤਾਂ ਬਹੁਤ ਕਰਨੀ ਹੈ ਜਿਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਕੁੱਕੜੋ ਹਾਂ ਅੱਛਾ ਜੋ ਵੀ ਹੈ ਕੋਕੋ ਮੁਰਗੀ ਨੂੰ ਕਹਿੰਦੇ ਨੇ ਨਾ ਉਹ ਠੀਕ ਹੈ ਠੀਕ ਹੋ ਗਿਆ ਅੱਛਾ ਗੱਲਾਂ ਤਾਂ ਤੁਸੀਂ ਬਹੁਤ ਕੀਤੀਆਂ ਹੈ ਗੱਲਾਂ ਦੀ ਗੱਲ ਲੜਨਾ ਹੋਵੇ ਤਾਂ ਹੁਣ ਕਰਕੇ ਦਿਖਾਓ ਨਾ ਹੁਣ ਮੈਂ ਤੁਹਾਡੇ ਤੋਂ ਕੁਝ ਕੁਐਸਚਨ ਕਰਨਾ ਅਤੇ ਤੁਸੀਂ ਉਹਨਾਂ ਦਾ ਆਨਸਰ ਕਰਨਾ ਠੀਕ ਹੈ ਆਲਰਾਈਟ ਲੈਟਸ ਟੇਕ ਸਟਾਰਟ ਡੂ ਯੂ ਥਿੰਕ ਯੋਰ ਹੋਮ ਟਾਊਨ ਇਜ਼ ਦਾ ਬੈਸਟ ਪਲੇਸ ਫੋਰ ਯੰਗ ਪੀਪਲ No, I don't think that because there are many things that are going around here which are not suitable for youngsters to spectate. So I think my hometown shall improve itself, like the people here in the community shall set up a new system ruling that they should improve themselves by their acts and by the way they talk. All right. Adin, main thode to ek hor question karna chahwanga kyunki dekho main te thonu angrezi sikhai jadon tusi nikke hunde so udon tusi kehnde hunde so ਡੈਡੀ ਓਪਨ ਦਨ ਦਾ ਡੋਰ ਫਿਰ ਆਈਸਕ੍ਰੀਮ ਇੱਕ ਵਾਰੀ ਖਾਣ ਦੀ ਸੀ ਮੈਂ ਮਾੜੀ ਜੀ ਬਾਈਟ ਕੀ ਲੈ ਲਈ ਉਹ ਵੱਡੀ ਸੀ ਵੱਡੀ ਜਿੰਨੀ ਵੀ ਸੀ ਬਈ ਮੇਰਾ ਮੂੰਹ ਬਹੁਤ ਵੱਡੀ ਸੀ ਇੱਕ ਬਾਈਟ ਜੀ ਲੈ ਗਈ ਤੇ ਮੈਨੂੰ ਘਬਰਾ ਕੇ ਵੇਖ ਕੇ ਕਹਿੰਦੀ ਡੈਡੀ ਯੂ ਇਨਫ ਕਿ ਮਗਰੋਂ ਲੈ ਜਾਓ ਹੁਣ ਮੈਨੂੰ ਵੀ ਖਾ ਲੈਂਦੀ ਬਾਲਾਂ ਕੋਲੋਂ ਨਾ ਖੋਇਆ ਕਰੋ ਅੱਛਾ ਅਧੀਨ ਤੁਹਾਡਾ ਐਕਸੈਂਟ ਮੇਰੇ ਐਕਸੈਂਟ ਤੋਂ ਡਿਫਰੈਂਟ ਹੈ ਠੀਕ ਹੈ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਆਪਦਾ ਐਕਸੈਂਟ ਆਪਦੀ ਪ੍ਰੋਨੰਸੀਏਸ਼ਨ ਨੂੰ ਕਿੱਦਾਂ ਇੰਪਰੂਵ ਕੀਤਾ ਹੈ ਇਹਦੇ ਬਾਰੇ 'ਚ ਤੁਸੀਂ ਦਰਸ਼ਕਾਂ ਨੂੰ ਕੋਈ ਟਿਪਸ ਦਿਓ ਵੇਖੋ ਜੀ ਦੋ ਚੀਜ਼ਾਂ ਨੇ ਜੋ ਤੁਹਾਡੀ ਅੰਗਰੇਜ਼ੀ ਨੂੰ ਬਿਹਤਰ ਕਰ ਸਕਦੀਆਂ ਨੇ ਉਹਨੂੰ ਇੰਪਰੂਵ ਕਰ ਸਕਦੀਆਂ ਨੇ ਕਿਤਾਬਾਂ ਪੜ੍ਹ ਕੇ ਮੇਰੀ ਵੋਕੈਬਲਰੀ ਇੰਪਰੂਵ ਹੋਈ ਸਹੀ ਅਤੇ ਮੂਵੀਆਂ ਵੇਖ ਕੇ ਸੀਜ਼ਨਸ ਵੇਖ ਕੇ ਅੰਗਰੇਜ਼ੀ 'ਚ ਕਾਰਟੂਨ ਵੇਖ ਕੇ ਉਹ ਤਾਂ ਅਸੀਂ ਸਾਰੇ ਵੇਖਦੇ ਨੇ ਅਤੇ ਉਹ ਸਾਰਾ ਕੁਛ ਵੇਖ ਕੇ ਮੇਰੀ ਸਪੀਕਿੰਗ ਦੀ ਜੋ ਜਿਹੜੀ ਸੀ ਐਕਸੈਂਟ ਸੀ ਮੇਰਾ ਉਹ ਇੰਪਰੂਵ ਹੋਇਆ ਹੁਣ ਇੰਝ ਇੰਪਰੂਵ ਹੋਇਆ ਕਿ ਜਦੋਂ ਉਹ ਮੂਵੀ 'ਚ ਜਾਂ ਕਿਸੇ ਸੀਜ਼ਨ ਦੀ ਐਪੀਸੋਡ 'ਚ ਉਹ ਕੋਈ ਡਾਇਲੋਗ ਬੋਲਦੇ ਨੇ ਤੁਸੀਂ ਉਹਨੂੰ ਆਪਣੇ ਮਾਈਂਡ 'ਚ ਰਿਪੀਟ ਕਰੋ ਉਹ ਤੁਹਾਡੇ ਦਿਮਾਗ 'ਚ ਉਹੀ ਸੈਂਟੈਂਸ ਜਿਸ ਤਰ੍ਹਾਂ ਉਹ ਕਰੈਕਟਰ ਬੋਲਦਾ ਉਹ ਆਵਾਜ਼ ਹੁੰਦੀ ਤੁਹਾਡੇ ਦਿਮਾਗ 'ਚ ਚੱਲੂਗੀ ਉਹ ਐਕੋ ਹੋਊਗੀ ਅਤੇ ਤੁਹਾਨੂੰ ਸਮਝ ਆਏਗੀ ਉਹ ਕਿੰਝ ਬੋਲਣਦਾ ਫਿਰ ਤੁਸੀਂ ਇੱਕ ਵਾਰੀ ਆਪ ਵੀ ਟਰਾਈ ਕਰੋ ਉਹਨੇ ਕਿੰਝ ਬੋਲਿਆ ਉਸ ਤੋਂ ਬਾਅਦ ਤੁਹਾਡੀ ਐਕਸੈਂਟ ਵੀ ਚੰਗਾ ਹੋ ਜਾਏਗਾ ਅਤੇ ਕਿਤਾਬਾਂ ਪੜ੍ਹ ਪੜ੍ਹ ਕੇ ਤੁਹਾਡੀ ਵੋਕੈਬਲਰੀ ਵੀ ਚੰਗੀ ਹੋ ਜਾਏਗੀ ਦੈਟਸ ਵੈਰੀ ਗੁੱਡ ਅਧੀਨ ਬਹੁਤ ਦੇਖੋ ਜੀ ਮੇਰੇ ਸਟੂਡੈਂਟ ਬਹੁਤ ਸਹੀ ਹੁੰਦੇ ਨੇ ਆਈ ਐਮ ਨਾਟ ਯੋਰ ਸਟੂਡੈਂਟ ਜੋ ਵੀ ਹੈ ਮੇਰੇ ਤੋਂ ਹੀ ਪੜ੍ਹੀ ਹੈ ਨਾ
ਇੱਕੋ ਗੱਲ ਆਹੋ ਐਗਜ਼ੈਕਟਲੀ ਅੱਛਾ ਹੁਣ ਮੈਂ ਤੁਹਾਡੇ ਤੋਂ ਕੁਝ ਕੁਐਸਚਨਸ ਕਰਾਂਗਾ ਜੀ ਜੀ ਉਹਦੇ 'ਚ ਤੁਸੀਂ ਆਪਦਾ ਐਕਸੈਂਟ ਡੈਮੋਨਸਟ੍ਰੇਟ ਕਰਨਾ ਹੈ ਇੱਕ ਅੱਛਾ ਐਕਸੈਂਟ ਫਿਰ ਤੁਸੀਂ ਉਹਦੇ 'ਚ ਫਲੂਐਂਸੀ ਡੈਮੋਨਸਟ੍ਰੇਟ ਕਰਨੀ ਹੈ ਠੀਕ ਹੈ ਇਹ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਆਪਾਂ ਵੇਖਣੀਆਂ ਕੁਐਸਚਨ ਮੇਰਾ ਇਹ ਵੇ ਡੂ ਯੂ ਲਾਈਕ ਟੂ ਈਟ ਫਾਸਟ ਫੂਡ Well, I don't like to eat fast food much, but when I'm on my cheat days, off diet days, then I take the best out of it and I eat a lot of fast food, but then that's not good. So to answer your question, I don't like to eat fast food, but sometimes I do. All right, that's very good. Nahin, tere jede cheat days ne, unna tu minu dassi na, thoda te roz hi cheat day hunda hai. Main bichara sara hafta dieting kar kar khap janna hai. Astaghfirullah. No, toba. Yeah. अच्छा वीडियो ते वापस आओ वेरी गुड दिस इज नाइस आई एम गोइंग टू आस्क यू वन मोर क्वेश्चन व्हाट इज योर फेवरेट फास्ट फूड My favorite fast food is pizza for various reasons. First of all, the melting taste of the cheese on it. And then secondly, the toppings they have over it. Although I like my pizza to be simple with just cheese, but loads of cheese. And that's supposed to be hot and the cheese is really melty like liquid. And then it goes into your mouth, you bite into it. ਭੁਖਲਵਾਤੀ ਤੂੰ ਮੈਨੂੰ ਹੈ ਬਦਤਮੀਜ਼ ਨਾ ਹੋਏ ਤਾਂ ਅੱਗੇ ਰੋਟੀ ਦਾ ਟਾਈਮ ਹੈ 2 ਵਜ ਗਏ ਨੇ ਡਾਈ 3 ਵਜ ਗਏ ਯੂ ਡਾਈਵ ਇਨ ਆਪਕੋ ਲੇਟ ਰੋਟੀ ਮਿਲ ਦੈਟਸ ਡਿਫਰੈਂਟ ਸੋ ਲਿਸਨ ਯੂ ਡਾਈਵ ਇਨਟੂ ਇਟ ਐਂਡ ਦੈਨ ਦ ਚੀਜ਼ੀ ਥਿੰਗ ਆਫ ਇਟ ਦ ਕ੍ਰਿਸਪੀ ਕ੍ਰਸਟ ਯੂ ਬਾਈਟ ਇਟ ਐਂਡ ਦੈਨ ਇਟ ਗੋਜ਼ ਇਨਟੂ ਯੂਰ ਮਾਊਥ ਯੂ ਚੂ ਇਟ ਐਂਡ ਦੈਨ ਯੂ ਟੇਕ ਇਟ ਐਂਡ ਯੂ ਸਵਾਲੋ ਇਟ ਆਲ ਰਾਈਟ ਤੁਸੀਂ ਨਾ ਐਗਜ਼ਾਮਿਨਰ ਨੂੰ ਭੁੱਖ ਲਵਾ ਕੇ ਨਹੀਂ ਆਣਾ ਕਿ ਉਸ ਤੋਂ ਬਾਅਦ ਐਗਜ਼ਾਮਿਨਰ ਕਹੇ ਕਿ ਮੈਂ ਮੈਨੂੰ ਰੋਟੀ ਦਿਓ ਨਹੀਂ ਦੇਖੋ ਉਹਨੂੰ ਭੁੱਖ ਲੱਗ ਗਈ ਨਾ ਉਹਨੇ ਛੇਤੀ ਟੈਸਟ ਮੁਕਾ ਦੇਣਾ ਉਹ ਵੀ ਹੈ ਅੱਛਾ ਇਹ ਤੇ ਅਧੀਨ ਹੋ ਗਿਆ ਪਾਰਟ 1 ਠੀਕ ਹੈ ਇੱਕ ਚੀਜ਼ ਮੈਨੂੰ ਇਹ ਦੱਸੋ ਆਈਐਲਸ ਸਪੀਕਿੰਗ 'ਚ ਆਨਸਰ ਕਰਨ 'ਚ ਸਾਡੀ ਇਮੇਜੀਨੇਸ਼ਨ ਦਾ ਸਾਡੀ ਫੈਂਟਸੀਜ਼ ਦਾ ਜਾਂ ਵਿਜੂਅਲਾਈਜੇਸ਼ਨ ਦਾ ਕਿੰਨਾ ਕੁ ਰੋਲ ਹੈ ਐਂ ਜਿੱਦਾਂ ਤੁਸੀਂ ਪੀਜ਼ਾ ਦੇ ਬਾਰੇ ਦੱਸ ਰਹੇ ਸੋ ਆਮ ਡੈਮ ਸ਼ੋਰ ਕਿ ਜੋ ਤੁਸੀਂ ਬੋਲ ਰਹੇ ਸੋ ਉਹਨੂੰ ਤੁਸੀਂ ਫੈਂਟਸਾਈਜ਼ ਵੀ ਕਰ ਰਹੇ ਹੋਵੋਗੇ ਇਮੇਜਿਨ ਵੀ ਕਰਦੇ ਇਹਦਾ ਕਿੰਨਾ ਕੁ ਰੋਲ ਹੈ ਇਮੇਜਿਨ ਕਰਨ ਦਾ ਵੇਖੋ ਜੀ ਜਦੋਂ ਤੁਸੀਂ ਆਨਸਰ ਕਰਦੇ ਹੋ ਕੁਐਸਚਨਸ ਨੂੰ ਇੰਪੋਰਟੈਂਟ ਨਹੀਂ ਹੈ ਕਿ ਤੁਸੀਂ ਉਹ ਹੋ ਰਿਹਾ ਹੋ ਤੁਹਾਡੇ ਨਾਲ ਜਾਂ ਸੱਚਾਈ 'ਤੇ ਹੀ ਬੇਸ ਕਰਦਾ ਹੋ ਸੋ ਵੇਖੋ ਤੁਸੀਂ ਇਮੈਜਿਨ ਤਾਂ ਕਰ ਸਕਦੇ ਹੋ ਨਾ ਵੇਖੋ ਤੁਸੀਂ ਆਪਣੇ ਦਿਮਾਗ 'ਚ ਲਾਓ ਉਸ ਚੀਜ਼ ਨੂੰ ਜਦੋਂ ਐਗਜ਼ਾਮਿਨਰ ਤੁਹਾਡੇ ਕੋਲੋਂ ਕੁਐਸਚਨ ਪੁੱਛੇ ਤੁਸੀਂ ਇਹ ਨਹੀਂ ਕਹਿਣਾ ਕਿ ਮੈਂ ਬਸ ਸੱਚ ਹੀ ਬੋਲਣਾ ਜੋ ਵੀ ਤੁਹਾਡੇ ਮਾਇੰਡ 'ਚ ਆਉਂਦਾ ਜੋ ਵੀ ਝੂਠ ਆਉਂਦਾ ਜੋ ਵੀ ਸੱਚ ਆਉਂਦਾ ਉਹ ਤੁਸੀਂ ਬਸ ਬੋਲਦੇ ਚਲੇ ਜਾਣਾ ਅਤੇ ਜਦੋਂ ਤੁਸੀਂ ਬੋਲ ਰਹੇ ਹੋਵੋਗੇ ਤੁਹਾਡੇ ਅੱਖਾਂ ਦੇ ਸਾਹਮਣੇ ਉਹ ਸਾਰਾ ਕੁਛ ਆ ਰਿਹਾ ਹੋਵੇਗਾ ਜਿਸ ਤਰ੍ਹਾਂ ਮੈਂ ਹਜੇ ਦੱਸਿਆ ਉਸੇ ਤਰ੍ਹਾਂ ਮੇਰੇ ਮਾਇੰਡ 'ਚ ਵੀ ਮਿਲਟਡ ਚੀਜ਼ ਅਤੇ ਪੀਜ਼ਾ ਦਾ ਕਰਸ਼ ਉਹ ਸਾਰਾ ਕੁਛ ਮੇਰੇ ਮਾਇੰਡ 'ਚ ਆ ਰਿਹਾ ਸੀ ਅਤੇ ਇੰਝ ਜੀ ਤੁਸੀਂ ਵੀ ਆਪਣੇ ਦਿਮਾਗ 'ਚ ਉਹ ਸਾਰਾ ਕੁਛ ਲਾਉਣਾ ਅਤੇ ਜੋ ਵੀ ਤੁਹਾਡੇ ਮਾਇੰਡ 'ਚ ਆਏਗਾ ਤੁਸੀਂ ਬਸ ਉਹਨੂੰ ਡਿਸਕ੍ਰਾਈਬ ਕਰਨਾ ਅਰੇ ਮਿਲਟਡ ਚੀਜ਼ ਅਤੇ ਪੀਜ਼ਾ ਤੁਹਾਡੇ 'ਤੇ ਮਾਇੰਡ 'ਚ ਆ ਰਹੇ ਸੀ ਅਤੇ ਮੇਰੀ ਜ਼ਬਾਨ 'ਤੇ ਆ ਰਿਹਾ ਸੀ ਅਤੇ ਮੇਰੇ ਮੂੰਹ 'ਚ ਪਾਣੀ ਆ ਰਿਹਾ ਸੀ ਓਕੇ ਅੱਛਾ ਚਲੋ ਇਹ ਤਾਂ ਅੱਛਾ ਹੋ ਗਿਆ ਬਿਹਤਰ ਹੋ ਗਿਆ ਅੱਛਾ ਅਧੀਨ ਬਸ ਕਤਨਾ ਕੁਛ ਇੱਦਾਂ ਦੇ ਕੁਐਸਚਨਸ ਹੁੰਦੇ ਨੇ ਜਿਹਦੇ ਬਾਰੇ 'ਚ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਕੁਝ ਪਤਾ ਨਹੀਂ ਹੁੰਦਾ ਕੋਈ ਆਊਟ ਆਫ ਦ ਵੇ ਕੁਐਸਚਨ ਕਰ ਲੈਂਦੇ ਨੇ ਫਰਜ਼ ਕਰੋ ਜੇ ਤੁਹਾਨੂੰ ਕਹਿੰਦੇ ਨੇ ਵਟ ਟਾਈਪ ਆਫ ਬੁੱਕਸ ਡੂ ਯੂ ਲਾਈਕ ਅਤੇ ਤੁਸੀਂ ਕਦੀ ਕਿਤਾਬਾਂ ਪੜ੍ਹੀਆਂ ਹੀ ਨਹੀਂ ਮਤਲਬ ਇਹ ਆਊਟ ਆਫ ਵੇ ਨਹੀਂ ਹੈ ਇਹ ਤੁਹਾਡੇ ਵਾਸਤੇ ਨਹੀਂ ਹੈ ਨਾ ਤੁਹਾਨੂੰ ਕੀ ਕਹਿੰਦਾ ਕਿ ਜੀ ਵਟ ਇਜ਼ ਯੋਰ ਫੇਵਰਟ ਮੈਗਜ਼ੀਨ ਹੁਣ ਤੁਸੀਂ ਕਦੀ ਮੈਗਜ਼ੀਨ ਨਹੀਂ ਪੜ੍ਹਿਆ ਅਤੇ ਇਹੋ ਜਿਹੇ ਕੁਐਸਚਨਸ ਨੂੰ ਲੈ ਕੇ ਆਪਾਂ ਕਿੱਦਾਂ ਆਨਸਰ ਕਰਾਂਗੇ ਵੇਖੋ ਜੀ ਤੁਸੀਂ ਇਹੋ ਜਿਹੇ ਕੁਐਸਚਨ ਕੁਛ ਤੇ ਤੁਹਾਨੂੰ ਪਤਾ ਹੋ ਸਕਦਾ ਨਹੀਂ ਜੀ ਬਿਲਕੁਲ ਹੀ ਨਹੀਂ ਹੈ ਨਾ ਨਹੀਂ ਨਹੀਂ ਅਦੀਨ ਇਹ ਤੇ ਪਤਾ ਨਾ ਮੈਗਜ਼ੀਨ ਹੁੰਦਾ ਕੀ ਐਗਜ਼ੈਕਟਲੀ ਇਹ ਤੁਹਾਨੂੰ ਪਤਾ ਹੈ ਨਾ ਕਿਹੜੀ ਬਲਾ ਹੈ ਤੇ ਤੁਸੀਂ ਇਹਨੂੰ ਇੰਜ ਡੈਮੋਨਸਟ੍ਰੇਟ ਕਰੋ देयर इज अ ਮੈਗਜ਼ੀਨ ਦੈਟ ਕਮਸ ਆਊਟ ਐਵਰੀ ਵੀਕ ਅ ਨਿਊ ਪਾਰਟ ਆਫ ਇਟ ਅ ਨਿਊ ਐਡੀਸ਼ਨ ਇਟ ਹੋਲਡਸ ਵਟਐਵਰ ਯੂ ਲਾਈਕ ਜੈਸੇ ਤੁਹਾਨੂੰ ਕੱਪੜਿਆਂ ਦਾ ਸ਼ੌਕ ਹੈ ਲੜਕੀਆਂ ਨੂੰ ਹੁੰਦਾ ਮੈਨੂੰ ਨਹੀਂ ਉਹ ਅਲੱਗ ਚੀਜ਼ ਹੈ ਤੁਹਾਨੂੰ ਮੇਕਅਪ ਪਸੰਦ ਹੈ ਉਹ ਵੀ ਮੈਨੂੰ ਨਹੀਂ ਪਸੰਦ ਉਹ ਅਲੱਗ ਚੀਜ਼ ਹੈ ਤੁਸੀਂ ਉਹਨੂੰ ਵੇਖੋ ਉਹਨੂੰ ਤੁਸੀਂ ਮੈਗਜ਼ੀਨ ਦੇ ਵਿੱਚ ਪਾ ਦਿਓ ਕਿ ਫਲਾਣੇ ਬ੍ਰਾਂਡ ਨੇ ਉਹਦੇ ਵਿੱਚ ਕੀ ਪਾਇਆ ਉਹਦੇ ਨਹੀਂ ਜਿਹੜੀ ਵੀ ਆਰਟੀਕਲਸ ਆਉਂਦੀਆਂ ਨੇ ਉਹ ਉਸ ਮੈਗਜ਼ੀਨ 'ਚ ਆਉਂਦੀਆਂ ਨੇ ਉਸ ਬ੍ਰਾਂਡ ਦਾ ਮੈਗਜ਼ੀਨ ਨੇ ਤੁਸੀਂ ਇਹਨੂੰ ਇੰਜ ਕ੍ਰੀਏਟ ਕਰ ਦਿਓ ਨਹੀਂ ਵੀ ਹੈ ਨਾ ਭਾਵੇਂ ਨਹੀਂ ਹੈ ਕੋਈ ਕਿੱਥੋਂ ਵੀ ਲੈ ਆਓ ਬਸ ਤੁਸੀਂ ਉਹਨੂੰ ਪਾ ਦਿਓ ਮਤਲਬ 4-5 ਜੁਮਲੇ ਜਿਹੜੇ ਨਾ ਬੋਲ ਦਿਓ ਭਾਵੇਂ ਤੁਹਾਡੇ ਕੋਲ ਉਹ ਕੰਮ ਨਹੀਂ ਵੀ ਹੁੰਦਾ ਕਦੀ ਗਏ ਵੀ ਨਹੀਂ ਕਦੀ ਨਹੀਂ ਕੁਝ ਖਾਧਾ ਠੀਕ ਹੈ ਹੁਣ ਇੱਕ ਟੌਪਿਕ ਹੈ ਆਈਲੈਂਡ ਦੇ ਬਾਰੇ 'ਚ ਹੁਣ ਜ਼ਿਆਦਾਤਰ ਸਟੂਡੈਂਟਸ ਨੂੰ ਪਤਾ ਹੀ ਨਹੀਂ ਆਈਲੈਂਡ ਕਿਹੜੀ ਬਲਾ ਦਾ ਨਾਂ ਹੈ ਆਈਲੈਂਡ ਹੁੰਦਾ ਕਿੱਥੇ ਠੀਕ ਹੈ ਨਾ ਇੰਜ ਹੁੰਦਾ ਨਾ ਇੱਕ ਨੂੰ ਮੈਂ ਕਿਹਾ ਆਈਲੈਂਡ ਉਹਨੇ ਕਿਹਾ ਉਹ ਕਹਿੰਦਾ ਆਈਸਲੈਂਡ ਉਹ ਮੈਂ ਕਿਹਾ ਆਈਸਲੈਂਡ ਨਹੀਂ ਹੁੰਦਾ ਆਈਸਲੈਂਡ ਇੱਥੇ ਇੱਕ ਬ੍ਰਾਂਡ ਵੀ ਹੈ ਕਹਿੰਦਾ ਉੱਥੋਂ ਜਾ ਕੇ ਮੈਂ ਚਨੇ ਭਟੂਰੇ ਖਾਂਦਾ ਉੱਥੋਂ ਜਾ ਕੇ ਮੈਂ ਚਾਟ ਖਾਂਦਾ ਅਤੇ ਉਹ ਉਹਨੇ ਟੌਪਿਕ ਚੇਂਜ ਕਰਤਾ ਹੁਣ ਦੇਖੋ ਜਿੱਦਾਂ ਤੁਸੀਂ ਕਦੀ ਆਈਲੈਂਡ ਨਹੀਂ ਗਏ ਠੀਕ ਹੈ ਹੁਣ ਤੁਸੀਂ ਕਿੱਦਾਂ ਆਨਸਰ ਦਿਓਗੇ ਵੁੱਡ ਯੂ ਲਾਈਕ ਟੂ ਲਿਵ ਔਨ ਐਨ ਆਈਲੈਂਡ ਵੇਖੋ ਆਈਲੈਂਡ ਹੁੰਦਾ ਅੰਗਰੇਜ਼ੀ 'ਚ ਜਵਾਬ ਦੇਣਾ ਆਈਲੈਂਡ ਸਜੇ ਅੰਗਰੇਜ਼ੀ 'ਚ ਅਜੇ ਪੰਜਾਬੀ 'ਚ ਨਹੀਂ ਹੋਇਆ
Island. Well, I won't because of many reasons. First of all, an island is completely surrounded by seawater. There's just water. And then there are many more things that you don't have access to. For example, internet, we have the radiation, we have the cables over here through which we can access to it. But over there on islands, it's hard to have that thing as well. So other than that, the thing is that there are less people, and so the resources are also less over there. Like, hospitals over here are way better than there are on those islands. So that's why. Oh, island te keda tere pyo ne hospital bana ditta. Main dassan dahi ek example den dahi ha. Acha ha, New Zealand vi te island hi hai na, te utthe vi hospitals hai ne. Na mainu ek gal dass, tu kadi island te gayi nahi. Theek hai, eh tenu kidda inniyan cheezan da pata laga island nu leke? Tusi kadi cartoon nahi vekhe? ਮੈਂ ਕਦੀ ਡੋਰੇਮੋਨ ਨਹੀਂ ਵੇਖਿਆ। ਮੈਂ ਤੇ ਅਜੇ ਹੁਣੇ ਕਾਰਟੂਨ ਵੇਖ ਕੇ ਹਟਿਆ। ਮੈਂ ਤੇ ਮੇਰੇ ਸਾਹਮਣੇ ਇਹਨਾਂ ਕਲਾ ਕਾਰਟੂਨ ਬੈਠਾ ਹੈ। ਅੱਛਾ, ਮੈਨੂੰ ਕੱਲੇ ਮਿਲੋ ਇਸ ਵੀਡੀਓ ਤੋਂ। ਮੈਂ ਤੁਹਾਨੂੰ ਮਿਲਣਾ ਹੈ ਵੀਡੀਓ ਤੋਂ ਬਾਅਦ। ਇੱਕ ਮੈਨੂੰ ਦੱਸੋ ਨਾ, ਇਹ ਆਈਡੀਆਜ਼ ਕਿੱਥੋਂ ਆਏ? ਵੇਖੋ, ਪਹਿਲੀ ਗੱਲ ਇਹ ਹੈ, ਮੈਨੂੰ ਆਈਲੈਂਡ ਦਾ ਉਦੋਂ ਪਤਾ ਚੱਲਿਆ ਸੀ ਜਦੋਂ, ਪਤਾ ਨਹੀਂ ਮੈਂ ਪ੍ਰੈਪ ਕਲਾਸ ਸੀ ਜਾਂ 1 'ਚ ਸੀ, ਉਦੋਂ ਸਾਡੀ ਇੰਨੀ ਪਤਲੀ ਜਿਹੀ ਬੁੱਕਸ ਆਉਂਦੀਆਂ ਸੀ ਅੰਗਰੇਜ਼ੀ 'ਚ, ਅਤੇ ਉਹਦੇ ਵਿੱਚ ਮਾਸ਼ਾਅੱਲਾ ਕਿਤਾਬਾਂ ਜਿਹੜੀਆਂ ਨੇ ਉਹ ਮੋਟੀਆਂ ਹੋ ਗਈਆਂ, ਤੁਸੀਂ ਵੀ ਮੋਟੇ ਹੋ ਗਏ, ਅਤੇ ਬਸ ਵਕਤ ਦੇ ਨਾਲ ਨਾਲ ਚੀਜ਼ਾਂ ਬਦਲ ਗਈਆਂ। ਅੱਛਾ, ਫਿਰ ਪਤਲੀਆਂ ਜਿਹੀ ਕਿਤਾਬਾਂ, ਉੱਥੋਂ ਤੁਹਾਨੂੰ ਆਈਡੀਆ ਮਿਲ ਗਿਆ? ਉੱਥੋਂ ਇੱਕ ਕਿਤਾਬ ਸੀ, ਉਹਦੇ ਵਿੱਚ ਆਈਲੈਂਡ ਦੇ ਬਾਰੇ 'ਚ ਦੱਸਿਆ ਸੀ, ਅਤੇ ਉਹ ਮੈਂ ਇੱਕ ਵਾਰੀ ਪੜ੍ਹੀ ਸੀ, ਪਤਾ ਨਹੀਂ ਕਿਹੜੀ ਕਲਾਸ 'ਚ, ਅਤੇ ਉਦੋਂ ਮੈਨੂੰ ਪਤਾ ਚੱਲਿਆ ਆਈਲੈਂਡ ਹੁੰਦਾ ਕੀ ਹੈ। ਪਹਿਲੇ ਮੈਨੂੰ ਆਈਸਲੈਂਡ ਪੜ੍ਹਦੀ ਸੀ, ਫਿਰ ਮੈਨੂੰ ਪਤਾ ਚੱਲਿਆ ਆਈਲੈਂਡ ਹੁੰਦਾ। ਮੈਂ ਤੁਹਾਡੀ ਕਰੈਕਸ਼ਨ ਕੀਤੀ ਸੀ, ਤੇ ਇਹ ਮਤਲਬ ਦੇਖੋ ਨਾ, ਤੁਸੀਂ ਨਹੀਂ ਕੀਤੀ ਸੀ, ਉਦੋਂ ਕਿਸੇ ਟੀਚਰ ਨਹੀਂ ਕੀਤੀ ਸੀ, ਜਿੰਨੇ ਵੀ ਕੀਤੀ ਸੀ, ਠੀਕ ਹੈ, ਮੈਂ ਹੀ ਸਿਖਾਇਆ ਸੀ ਤੈਨੂੰ। ਨਹੀਂ, ਤੁਸੀਂ ਸਿਖਾਇਆ। ਹੁਣ ਗੱਲ ਇਹ ਵੇ ਕਿ ਉਸ ਬੱਚੀ ਨੇ ਆਈਲੈਂਡ ਦੇ ਬਾਰੇ 'ਚ ਪੜ੍ਹਿਆ ਸੀ, ਬਾਕੀ ਜਿਹੜੀਆਂ ਗੱਲਾਂ ਇਹਨੇ ਮਾਰੀਆਂ ਇਹ ਕੋਲੋਂ ਮਾਰੀਆਂ, ਠੀਕ ਹੈ, ਅਤੇ ਆਈਟਸ 'ਚ ਚੰਗਾ ਬੈਂਡ ਲੈਣ ਵਾਸਤੇ ਤੁਹਾਨੂੰ ਗੱਲਾਂ ਮਾਰਨੀਆਂ ਪੈਣਗੀਆਂ, ਫਿਰ ਤੁਹਾਡਾ ਚੰਗਾ ਬੈਂਡ ਆਏਗਾ। ਅੱਛਾ, ਅਧੀਨ ਸਪੀਕਿੰਗ ਨੂੰ ਲੈ ਕੇ ਤੁਸੀਂ ਮੇਰੇ ਸਬਸਕ੍ਰਾਈਬਰਸ ਨੂੰ, ਇਹ ਮੇਰੀ ਫੈਮਿਲੀ ਹੈ ਯੂਟਿਊਬ ਦੀ, ਇਹ ਜਿਹੜੇ ਲੋਕ ਸਾਨੂੰ ਵੇਖ ਰਹੇ ਨੇ ਇਹ ਕੋਈ ਗੈਰ ਨਹੀਂ ਨੇ, ਸਾਡੇ ਆਪਣੇ ਨੇ, ਇਹ ਪੰਜਾਬੀ ਭੈਣ ਭਰਾ ਨੇ ਸਾਡੇ, ਠੀਕ ਹੈ, ਆਹੋ, ਅਤੇ ਇਹਨਾਂ ਨੂੰ ਤੁਸੀਂ ਕੋਈ ਐਡਵਾਈਸ ਕਰੋ, ਕੋਈ ਦੱਸੋ ਇਹਨਾਂ ਨੂੰ ਕਿ ਆਪਣੀ ਸਪੀਕਿੰਗ ਨੂੰ ਕਿੱਦਾਂ ਇੰਪਰੂਵ ਕਰ ਸਕਦੇ ਨੇ। देखो, बेस्ट वे टू लर्न इज दैट कि आप लोग ज़्यादा से ज़्यादा इसको बोलें भी, तुसी इन्नू वेख पंजाबी, चल हिंदी चे बोल, उर्दू चे बोल, ठीक है, मैं कंफर्टेबल हाँ दोनों जबाना तो। वेखो, तुसी इन्नू ज़्यादा तो ज़्यादा बोलो अंग्रेजी नू, नहीं भी कोई गल कर सकता, तुहाडे पिंड चे कोई भी इंज दा बंदा नहीं है जिन्नू अंग्रेजी आंदी होवे, ते तुसी दोबारा नाल कर लो। नाले तुसी एक कम होर करो, बोर्ड थल्ले खलो के ना अंग्रेजी बोलो, ਬੋਰ ਥੱਲੇ ਖਲੋ, ਬੋਰ ਦਾ ਦਰਖਤ ਨਹੀਂ ਹੁੰਦਾ, ਦਰਖਤ ਦੇ ਥੱਲੇ ਖਲੋ ਕੇ ਦਰਖਤ ਦੇ ਨਾਲ ਤੁਸੀਂ ਗੱਲਾਂ ਬਾਤਾਂ ਕਰੋ। ਨਹੀਂ ਦੇਖੋ, ਨਹੀਂ ਗੱਲ ਸੁਣੋ, ਜਿਹੜੇ ਵੀ ਉਹ ਹੋਣਗੇ ਨਾ ਲੋਕੀ ਆਉਣ ਜਾਣ ਵਾਲੇ, ਉਹ ਕਹਿੰਦੇ ਉਹ ਸਮਝਣਗੇ ਬੰਦਾ ਪਾਗਲ ਹੋ ਗਿਆ, ਨਹੀਂ ਸਮਝਣਗੇ, ਇਹਨੇ ਜਾਣਾ ਸੀ ਕੈਨੇਡਾ, ਪਾਗਲ ਹੋ ਕੇ ਬਹਿ ਗਿਆ, ਕਹਿੰਦੇ ਆ ਜਾ ਕੇ ਖੋਤਾ ਬੋਰ ਥੱਲੇ ਆ ਗਿਆ, ਫੇਰ ਇਹ ਮਿਸਾਲ ਹੈ ਨਾ ਪੰਜਾਬੀ ਦੀ। ਵੇਖੋ ਜੀ, ਤੁਸੀਂ ਆਪਣੇ ਨਾਲ ਵੀ ਬੋਲ ਸਕਦੇ ਹੋ, ਵੇਖੋ ਰਾਤ ਨੂੰ ਤੁਸੀਂ ਸੌਣ ਤੋਂ ਪਹਿਲੇ ਜਦੋਂ ਬਿਸਤਰ 'ਚ ਹੁੰਦੇ ਹੋ, ਆਪਣੇ ਆਪ ਨਾਲ ਵਿਸਪਰਿੰਗ ਕਰੋ, ਉੱਥੋਂ ਸਿੱਖੋ, ਜਿਹੜੀ ਤੁਸੀਂ ਵਿਸਪਰਿੰਗ ਕਰੋਗੇ ਆਪਣੀ ਇਮੈਜੀਨੇਸ਼ਨ ਤੋਂ, ਇੱਕ ਹੋਰ ਬੰਦਾ ਲਿਆਓ, ਉਹ ਬੰਦਾ ਤੁਹਾਨੂੰ ਰਿਪਲਾਈ ਕਰੇਗਾ, ਬਟ ਤੁਸੀਂ ਆਪ ਹੋ ਗਏ ਉਹ ਬੰਦਾ। ਮੈਂ ਕੀਤੀ ਸੀ ਇੱਕ ਵਾਰੀ, ਬੜੇ ਚਿੱਤਰ ਪਏ ਸੀ ਅਗਲਿਆਂ ਨੇ ਸਮਝਿਆ, ਮੈਂ ਮੋਬਾਈਲ ਤੇ ਕਿਸੇ ਦੇ ਨਾਲ ਲੱਗਾ ਸੀ, ਆਹੋ, ਤੇ ਤੁਸੀਂ ਇਸ ਦੀਆਂ ਗੱਲਾਂ ਨਹੀਂ ਕਰਨੀਆਂ ਸੀ? ਆ ਇਹ ਵੀ ਹੈ, ਜਿੰਦੇ ਤੁਸੀਂ ਗੱਲਾਂ ਵੀ ਤੇ ਇੰਜ ਦੀ ਕਰਨ ਦੇ ਹੋ, ਕੋਈ ਇਨਫੋਰਮੇਟਿਵ ਟੌਪਿਕ ਚੁੱਕੋ, ਕੋਈ ਇੰਜ ਦੀ ਚੀਜ਼ ਜਿਹੜੀ ਤੁਹਾਨੂੰ ਪਸੰਦ ਹੋਵੇ, ਉਹ ਚੀਜ਼ ਨਹੀਂ ਜਿਹਦੇ ਵਾਸਤੇ ਜਿਹੜੇ ਬਾਰੇ 'ਚ ਇਹਨਾਂ ਨੇ ਗੱਲ ਕੀਤੀ ਸੀ, ਪਰ ਕੋਈ ਡੀਸੈਂਟ ਜੀ ਚੀਜ਼, ਯੂ ਨੋ, ਆਲਰਾਈਟ, ਹੌਬੀ, ਕੋਈ ਇੰਟਰਸਟ, ਕੋਈ ਚੰਗਾ ਜਿਹਾ ਇੰਟਰਸਟ। ਅੱਛਾ ਅਧੀਨ, ਹੁਣ ਜਿਸ ਤਰ੍ਹਾਂ ਮੈਂ ਆਪਣੀ ਵੀਡੀਓ ਨੂੰ ਖਤਮ ਕਰਨਾ, ਮੈਂ ਚਾਹਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਖਤਮ ਕਰੋ ਮੇਰੇ ਵਾਲੇ ਸਟਾਈਲ ਤੇ। ਕਿਉਂ, ਤੁਸੀਂ ਨਹੀਂ ਬੋਲ ਸਕਦੇ? ਮੈਂ ਬੋਲ ਸਕਦਾ, ਮੈਂ ਚਾਹੁੰਦਾ ਮੇਰੇ ਜਿਹੜੇ ਵਿਊਅਰਸ ਨੇ ਤੁਹਾਨੂੰ ਵੀ ਸੁਣਨ ਤੇ ਸਮਝਣ। ਆਲਰਾਈਟ, ਥੈਂਕ ਯੂ ਵੈਰੀ ਮਚ ਗਾਇਸ ਫॉर ਵਾਚਿੰਗ ਦਿਸ ਵੀਡੀਓ, ਆਈ ਆਲਸੋ ਟੀਚ ਆਈਐਲਸ ਆਨਲਾਈਨ ਹੇਅਰ ਇਨ I also teach IELTS online all over the world and on campus here in Lahore, Pakistan. If you want to join my online IELTS on campus IELTS classes, my WhatsApp number is given. You can contact me for that. Thank you very much for watching this video. Please subscribe to my Please subscribe to my channel and make sure to hit that like button and comment down there what
ਟਾਈਪ ਆਫ ਟੌਪਿਕਸ ਜੀ ਲਾਈਕ ਅਚਾ ਇੱਕ ਗੱਲ ਹੋਰ ਵੀ ਅਧੀਨ ਦਾ ਆਪਣਾ ਵੱਖਰਾ ਵੀ ਚੈਨਲ ਹੈ ਜੇ ਪਟਾਕੇ ਵੇਖਣ ਨੂੰ ਦਿਲ ਕਰੇ ਤੇ ਇਹਦਾ ਆਪਣਾ ਚੈਨਲ ਵੀ ਵੇਖ ਲੈਣਾ ਛੋਟੀ ਹੁੰਦੀ ਇਹਦੀ ਘਰ 'ਚ ਅਸੀਂ ਛੇੜ ਰੱਖੀ ਸੀ ਕ੍ਰੈਕਰ ਬੜਾ ਚਿੜਦੀ ਸੀ ਕ੍ਰੈਕਰ ਮੈਂ ਅਜੇ ਵੀ ਛੇੜਦੀ ਹਾਂ ਤੇ ਉਹ ਅੱਛਾ ਸੌਰੀ ਸੋ ਆਲ ਦਾ ਬੈਸਟ ਟੇਕ ਕੇਅਰ ਅੱਲਾ ਹਾਫਿਜ਼।